पिंड खराणा जो आम आदमी पार्टी के लोग सभा उम्मीदवार गुरमेल सिंह का सहुरा पिंड है, इत्थे मेले वर्गा माहौल है। बुजुर्ग मतावां भी पहुंचियां ने वोट पाउण, देखो हाथ च डंडा, किसी मारना तो नहीं जी? ये ना मारना तो कानू है, वैसे ही आए हो, ठीक है। की लगता इत्थे मुकाबला कि विचकार है? कहिंदे झाड़ू तो बाल्टी की टक्कर है। ਅਸੀਂ ਤਾਂ ਬਾਲਟੀ ਉਹਨੂੰ ਪਾਵਾਂਗੇ, ਜਿਹੜੇ ਨੂੰ ਪਾਉਣੀ ਆ ਉਸੇ ਨੂੰ ਪਾਉਣੀ ਆ। ਤੂੰ ਕਿਹਨੂੰ ਪਾਉਣੀ ਆ? ਉਹ ਬਸ ਇੰਦਰੀ ਮਨ ਨਾਲ ਸੋਚ ਕੇ, ਚਲੋ ਉਹ ਤੁਹਾਡੀ ਇੱਛਾ। ਤੇ ਮੁੱਦੇ ਕਿਹੜੇ ਹੋਣੇ ਚਾਹੀਦੇ, ਕੀ ਲੱਗਦਾ ਕਿ ਮਸਲੇ ਕਿਹੜੇ ਹੱਲ ਹੋਣੇ ਚਾਹੀਦੇ ਹਲਕੇ ਦੇ, ਉਹਦੇ ਬਾਰੇ ਜਾਣਕਾਰੀ ਦੇ ਦਿਓ, ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ, ਥੋੜ੍ਹੀ ਨੌਲੇਜ ਰੱਖਦੇ ਹੋਵੋਗੇ। ਬੇਰੋਜ਼ਗਾਰੀ ਨੂੰ ਦੂਰ ਕਰਨਾ ਚਾਹੀਦਾ ਜੀ ਪਹਿਲਾਂ ਤਾਂ। ਕੋਈ ਵੀ ਜਿੱਤੇ ਬੇਰੋਜ਼ਗਾਰੀ ਦਾ ਹੱਲ ਹੋਵੇ, ਹੋਰ ਕਿਹੜੇ ਮਸਲੇ ਨੇ? ਸਾਡੇ ਲਈ ਤਾਂ ਇਹ ਵਾਲਾ ਹੋ ਜਾਵੇ ਜੀ, ਪੜ੍ਹੇ ਲਿਖਿਆਂ ਲਈ। ਠੀਕ ਆ, ਹਾਂਜੀ। ਕੁਝ ਹੋਰ ਨੇ, ਬੀਬੀਆਂ ਨੇ ਪਹੁੰਚੀਆਂ ਨੇ, ਤੁਸੀਂ ਵੋਟ ਪਾਤੇ ਜੀ? ਥੋੜੀ ਉਂਗਲ ਕਰਕੇ ਇਦਾਂ ਦਿਖਾ ਦਿਓ। ਹਾਂਜੀ ਸਰ, ਅਸੀਂ ਨੇ ਪਾਤੀ ਵੋਟ। ਤੇ ਕਿਹੜੇ ਮਸਲੇ ਨੇ, ਕਿਹੜੇ ਮੁੱਦੇ ਨੇ ਜਿਹੜੇ ਹੱਲ ਹੋਣੇ ਚਾਹੀਦੇ ਨੇ, ਜਿਹਦੇ ਨਾਲ ਪੰਜਾਬ ਦਾ, ਪੰਜਾਬ ਦੇ ਪਿੰਡਾਂ ਦਾ ਵਿਕਾਸ ਹੋਵੇ? ਕੀ ਸੋਚਦੇ ਹੋ ਸਰ? ਸਾਡੇ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦਾ ਮੁੱਦਾ, ਜਿਹੜਾ ਮਤਲਬ ਹਰ ਇੱਕ ਲੈਵਲ ਦੇ, ਮਤਲਬ ਬੱਚਾ ਸਾਡੇ ਹਰ ਇੱਕ ਬੱਚਾ ਬਾਹਰ ਜਾ ਰਿਹਾ ਹੈਗਾ। ਕਿਉਂ ਜਾ ਰਿਹਾ? ਸਾਡੇ ਜੋਬ ਨਹੀਂ ਮਿਲ ਰਹੀ। ਮੈਂ ਵੀ ਪੜ੍ਹੀ ਲਿਖੀ ਹਾਂ, ਮੈਂ ਐਮ ਏ ਬੀ ਐਡ ਹਾਂ, ਅਤੇ ਸਾਨੂੰ ਕੋਈ ਜੋਬ ਨਹੀਂ ਮਿਲੀ, ਅਸੀਂ ਘਰ ਦੇ ਵਿੱਚ ਕੰਮ ਕਰ ਰਹੇ ਹਾਂਗੇ। ਇਸ ਲਈ ਚਾਹੁੰਦੇ ਵੀ ਸਭ ਤੋਂ ਪਹਿਲਾਂ ਸਾਡੀ ਬੇਰੁਜ਼ਗਾਰੀ ਜੇ ਇਹਦਾ ਹੱਲ ਹੋਊਗਾ ਤਾਂ ਅੱਗੇ ਸਾਰਾ ਕੁਛ ਬਣੂਗਾ। ਉਸ ਤੋਂ ਬਾਅਦ ਜੋ ਸਾਡੇ ਕਿਸਾਨਾਂ ਦੇ ਮੁੱਦੇ ਨੇ, ਕਿਸਾਨੀ ਨਾਲ ਅਸੀਂ ਜੁੜੇ ਹੋਏ ਹਾਂ, ਪਿੰਡ ਨੇ ਸਾਡੇ ਕਿਸਾਨੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਮੁੱਦੇ ਵੀ ਹੱਲ ਹੋਣੇ ਚਾਹੀਦੇ ਨੇ। ਅਤੇ ਨਸ਼ਿਆਂ ਦੇ ਮਾਮਲੇ 'ਚ ਕਾਫੀ ਗੱਲ ਉੱਠੀ ਹੈ, ਕਹਿੰਦੇ ਭੁੱਕੀ ਫੀਮ ਇਹਨਾਂ ਪਿੰਡਾਂ 'ਚ ਚੱਲਦੀ ਆ, ਤੁਹਾਨੂੰ ਨੌਲੇਜ ਹੈ ਇਸ ਬਾਰੇ? ਹਾਂਜੀ ਸਰ, ਹੈਗੀ ਆ, ਬਟ ਜਦੋਂ ਕਿਸੇ ਪਾਸੇ ਕੋਈ ਲਾਲਾ ਨੌਜਵਾਨਾਂ ਨੂੰ ਲਾਈਨ ਨਹੀਂ ਮਿਲਦੀ ਹੈਗੀ ਤਾਂ ਉਹ ਗਲਤ ਰਸਤਿਆਂ 'ਤੇ ਪੈ ਜਾਂਦੇ ਨੇ, ਫਿਰ ਨਸ਼ਿਆਂ ਵਾਲੀ ਲਾਈਨ ਦੇ ਵਿੱਚ ਆ ਜਾਂਦੇ। ਜੇ ਉਹਨਾਂ ਨੂੰ ਜੋਬ ਮਿਲੂਗੀ ਤਾਂ ਉਹ ਇਸ ਚੀਜ਼ ਵੱਲ ਨਹੀਂ ਜਾਣਗੇ, ਉਹ ਜੋਬ ਪੜ੍ਹਨ ਤੋਂ ਬਾਅਦ, ਸਿੱਧਾ ਸਟੱਡੀ ਤੋਂ ਬਾਅਦ ਤਾਂ ਆਪਣੇ ਜੋਬ ਵਾਲੀ ਲਾਈਨ ਦੇ ਵਿੱਚ ਜਾਣਗੇ। ਉਹਨਾਂ ਦਾ ਧਿਆਨ ਆਪਣਾ ਪੈਸੇ ਲਾ ਲਓ, ਆਪਣੀ ਜੋਬ ਵੱਲ ਹੋਊਗਾ, ਤਾਂ ਇਸ ਪਾਸੇ ਨਹੀਂ ਜਾਣਗੇ। ਇੱਕ ਇਹ ਵੀ ਗੈਂਗਸਟਰਾਂ ਬਾਰੇ ਅੱਜ ਕੱਲ੍ਹ ਖਬਰਾਂ ਬਹੁਤ ਆ ਰਹੀਆਂ ਨੇ, ਗੈਂਗਸਟਰ ਵੀ ਕਿਉਂ, ਕੀ ਕਾਰਨ ਲੱਗਦਾ ਕਿ ਕਿਉਂ ਬਣਦੇ ਨੇ ਸਰ? ਗੈਂਗਸਟਰ ਵੀ ਲਾ ਲਓ, ਇਹਨਾਂ ਨੂੰ ਮਾਂ ਦੀ ਕੁੱਖ ਦੇ ਵਿੱਚੋਂ ਕੋਈ ਵੀ ਗੈਂਗਸਟਰ ਪੈਦਾ ਨਹੀਂ ਹੁੰਦਾ ਹੈਗਾ, ਉਹ ਮਤਲਬ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਹੀ ਉਹਨਾਂ ਨੂੰ ਗੈਂਗਸਟਰ ਬਣਾਉਂਦੀਆਂ ਨੇ। ਅਤੇ ਇੱਕਦਮ ਹੁਣ ਲਾ ਲਓ ਅਸੀਂ, ਸਾਡੀ ਮਾਨ ਸਰਕਾਰ ਹੀ ਆ, ਮਤਲਬ ਇਹਨਾਂ ਨੇ ਇੰਨੀ ਜਲਦੀ ਨਹੀਂ ਗੈਂਗਸਟਰ ਪੈਦਾ ਕੀਤੇ ਪਿਛਲੀਆਂ ਸਰਕਾਰਾਂ ਦੀ ਦੇਣਾ, ਅਤੇ ਇਸ ਲਈ ਮਤਲਬ ਇਹਨਾਂ ਦਾ ਵੀ ਹੱਲ ਤਾਂ ਹੋਣਾ ਚਾਹੀਦਾ, ਕਿਉਂਕਿ ਮਾਵਾਂ ਦੇ ਪੁੱਤ ਨੇ ਜਿਹੜੇ ਮਰ ਰਹੇ ਨੇ, ਜਿਵੇਂ ਸਿੱਧੂ ਮੂਸੇਵਾਲਾ, ਉਹਦੀ ਮਾਂ ਬਾਪ ਨੂੰ ਪੁੱਛ ਕੇ ਦੇਖੋ ਉਹਦੇ ਨਾਲ ਕੀ ਬੀਤ ਰਿਹਾ ਹੈ। ਕੋਈ ਵੀ ਬੰਦਾ ਇੱਥੋਂ ਜਿੱਤੇ, ਦਿੱਲੀ ਜਾਣਗੇ ਲੋਕ ਸਭਾ ਦੇ ਵਿੱਚ, ਇੱਕ ਮੈਂਬਰ ਤਾਂ ਜਾਏਗੀ ਜਾਏਗਾ, ਉਹ ਕਿਹੜੇ ਮਸਲੇ ਹੱਲ ਕਰੇ, ਕੀ ਕਹਿਣਾ ਤੁਹਾਡਾ? ਮਤਲਬ ਸਾਡੇ ਗਰਾਊਂਡ ਲੈਵਲ ਤੋਂ ਮਸਲਿਆਂ ਨੂੰ ਚੱਕੇ, ਅਤੇ ਉਸ ਤੋਂ ਬਾਅਦ ਸਾਡੇ ਹਰ ਇੱਕ, ਲਾ ਲਓ ਹਰ ਇੱਕ ਦੀ ਸੁਣੀ ਜਾਵੇ, ਉਹਨਾਂ ਮਸਲਿਆਂ ਨੂੰ ਉਹਦੇ ਤੱਕ, ਸੈਂਟਰ ਤੱਕ ਲਾ ਲਓ, ਪਹੁੰਚਾਇਆ ਜਾਵੇ। ਗੁਰਮੇਲ ਸਿੰਘ ਦਾ ਕਹਿੰਦੇ ਸਹੁਰਾ ਪਿੰਡ ਹੈ, ਕੋਈ ਅਸਰ ਹੈਗਾ, ਕੋਈ ਇਲਾਜ ਰੱਖੀ ਜਾਏਗੀ ਜਵਾਈ ਭਾਈ ਦੀ? ਹਾਂਜੀ ਸਰ, ਅਸੀਂ ਸਾਡੇ ਇਹ ਸਾਸੂ ਮਾਂ ਨੇ ਉਹਨਾਂ ਦੇ, ਅਤੇ ਅਸੀਂ ਉਹਨਾਂ ਦੀਆਂ ਭੈਣਾਂ ਗੀਆਂ, ਅਤੇ ਸਾਡੇ ਘਰ ਦੇ ਵਿੱਚ ਹੀ ਉਹਨਾਂ ਦਾ ਸਹੁਰਾ ਪਰਿਵਾਰ ਹੈ। ਕੀ ਕਹਿਣਾ ਚਾਹੋਗੇ ਮਾਤਾ ਜੀ? ਵੀਰੇ ਮੈਨੂੰ ਤਾਂ ਨਹੀਂ, ਤੁਹਾਡੇ ਜਵਾਈ ਦੀ ਕਹਿੰਦੇ ਪੂਰੀ ਚੜ੍ਹਦਾ ਇਹਨਾਂ ਦਿਨਾਂ 'ਚ, ਪਹਿਲਾਂ ਸਰਪੰਚ ਸੀ, ਪੂਰੀ ਚੜ੍ਹਦੀ ਕਲਾ 'ਚ ਰਹਿਣ ਵੀਰੇ, ਬਸ ਮੈਨੂੰ ਤਾਂ ਹੋਰ ਇੰਨੀ ਅਨਪੜ੍ਹ ਆ, ਮੈਨੂੰ ਤਾਂ ਕੁਛ ਨਹੀਂ। ਵੋਟ ਪਾਉਣ ਲਈ ਸੋਚ ਕੇ ਤਾਂ ਹੋਵੋਗੇ? ਵੋਟ ਪਾਉਣ ਲਈ ਤਾਂ ਆਈ ਸੋਚ ਕੇ ਆਇਆ ਵੀਰੇ, ਬਸ ਵੀ ਅੱਗੇ ਪਰਮਾਤਮਾ ਚੰਗੀ ਭਲੀ ਕਰੇ, ਸਾਨੂੰ ਖੁਸ਼ੀਆਂ ਦੀ ਪ੍ਰਾਪਤ ਹੋਵੇ। ਮੁੱਦੇ ਕੀ ਹੋਣੇ ਚਾਹੀਦੇ, ਮਸਲੇ ਕਿਹੜੇ ਹੱਲ ਹੋਣੇ ਚਾਹੀਦੇ? ਮਸਲੇ ਬਸ ਗਰੀਬਾਂ ਗੁਰਬਾਂ ਦੇ ਸਾਰੇ ਹੱਲ ਹੋਣੇ ਚਾਹੀਦੇ ਨੇ। ਹਾਂਜੀ, ਨਾਂ ਕੀ ਤੁਹਾਡਾ? ਬਸ ਜੀ, ਉਹਨੇ ਜਿੱਤ ਲਈ ਖੁਸ਼ ਹਾਂ ਅਸੀਂ। ਅਤੇ ਤੁਸੀਂ ਦੱਸੋ, ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਧਿਰਾਂ ਨੇ ਜਿਹਦਾ ਲੱਗਦਾ ਹੋਵੇ ਕਿ ਇਹਨਾਂ ਧਿਰਾਂ 'ਚ ਮੁਕਾਬਲਾ? ਮੈਂ ਤਾਂ ਕੀ ਕਹਿਣਾ ਜੀ, ਉਦਾਸ ਤਾਂ ਲੜਕੀ ਨੇ, ਬਸ ਸਾਨੂੰ ਤਾਂ ਇੰਨੀ ਖੁਸ਼ੀ ਹੈ ਜੀ, ਬਸ ਜਿੱਤ ਜੇ ਸਾਡਾ, ਰਿਸ਼ਤੇਦਾਰ ਜਿੱਤ ਜੇ, ਬਾਕੀ ਸਾਰੇ ਹਾਰ ਜਾਣ ਚਾਹੇ। ਸੋ ਪਿੰਡ ਦੇ ਵਿੱਚ ਹਾਸੇ ਵਾਲਾ ਮਾਹੌਲ, ਬੱਚੇ ਵੀ ਖੁਸ਼ ਨੇ, ਤੁਹਾਨੂੰ ਕੀ ਲੱਗਦਾ ਕਿ ਵੋਟਾਂ 'ਚ ਜੀਜੂ ਜਿੱਤੂਗਾ? ਜੇ ਬਾਲਟੀ ਨੂੰ ਵੱਧ ਵੋਟਾਂ ਪੈ ਗਈਆਂ ਫਿਰ ਕਿਵੇਂ ਜਿੱਤਣਗੇ? ਸਾਡਾ ਜੀਜੂ ਜਿੱਤੂਗਾ। ਝਾੜੂ ਨਾਲ ਕੋਈ ਸਫਾਇਆ ਕਰਨਗੇ ਉਹ ਫਿਰ? ਠੀਕ ਆ। ਸੋ ਪਿੰਡ ਦੇ ਵਿੱਚ ਪੂਰਾ ਖੁਸ਼ੀ ਵਾਲਾ ਮਾਹੌਲ ਆ। ਤੁਸੀਂ ਦੇਖੋ, ਜੋ ਪਿੰਡ ਖੁਰਾਣਾ ਦਾ ਸਰਕਾਰੀ ਮਿਡਲ ਸਮਾਰਟ ਸਕੂਲ ਹੈ, ਉੱਥੇ ਸੁਰੱਖਿਆ ਦਸਤੇ ਵੀ ਤੈਨਾਤ ਨੇ, ਪੂਰੇ ਖੁਸ਼ਮਈ ਮਾਹੌਲ ਦੇ ਵਿੱਚ ਇੱਥੇ ਵੋਟਾਂ ਪੈ ਰਹੀਆਂ ਨੇ, ਅਤੇ ਵੋਟਾਂ ਦਾ ਅਮਲ ਜਾਰੀ ਆ। ਅਤੇ ਇਸ ਪਿੰਡ ਦੇ ਵਿੱਚ ਕਾਫੀ ਲੋਕ ਵੋਟਾਂ ਪਾ ਚੁੱਕੇ ਨੇ, ਜੋ ਸਾਨੂੰ ਜੋ ਬੂਥ 'ਤੇ ਇੰਚਾਰਜ ਬੈਠੇ ਨੇ ਉਹਨਾਂ ਨੇ ਦੱਸਿਆ ਕਿ ਪਰਸੈਂਟੇਜ ਕਾਫੀ ਅੱਛੀ ਹੈ, ਕਾਫੀ ਲੋਕ ਵੋਟਾਂ ਪਾਉਣ ਲਈ ਨਿਕਲ ਰਹੇ ਨੇ। ਅਤੇ ਇੱਕ ਇਹ ਵੀ ਨਵੀਂ ਗੱਲ ਆ ਕਿ ਇਹ ਗੁਰਮੇਲ ਸਿੰਘ ਦੇ ਸਹੁਰਿਆਂ ਦਾ ਪਿੰਡ ਹੈ, ਉਹ ਸਹੁਰਿਆਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਵੋਟਾਂ ਪਾ ਕੇ ਗਏ ਨੇ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਪਿੰਡ ਖੁਰਾਣਾ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ, ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ।
घर बैठे 11 मिनटां च 101 फीसदी गारंटी नाल समाधान। वशीकरण ते मुठकरनी दे माहिर सब तो पहला काम करन दा वादा। नौकरी, प्रमोशन, कारोबार च परेशानी, घर च झगड़ा, बरकत, औलाद कहने तो बाहर होना, कोर्ट केस, तलाक, प्रॉपर्टी डिस्प्यूट, गुप्त रोग, पुराना दर्द, पति पत्नी चनबन, जादू टोना, मनमोहनी वशीकरण करवाना जा तुड़वाना, सौतन दुश्मन तो छुटकारा सदा लई, रुस्से नू मनाउणा प्यार मोहब्बत। बाबा यामीन बंगाली 96435032321।